ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਦੁਪਹਿਰ ਦੇ ਸਮੇਂ ਆਰਾਮ ਫਰਮਾਉਣ ਵਾਸਤੇ ਇੱਕ ਦਰਖਤ ਦੇ ਹੇਠਾਂ ਚਾਦਰ ਵਿਛਾ ਕੇ ਸੌਂ ਗਏ। ਇੰਨੇ 'ਚ ਹੀ ਰਾਏ ਬੁਲਾਰਾ ਜੋ ਆਪਣੇ ਖੇਤਾਂ ਦੀ ਨਿਗਰਾਨੀ ਕਰਦੇ ਹੋਏ ਉੱਧਰੋਂ ਦੀ ਘੋੜੇ 'ਤੇ ਸਵਾਰ ਹੋ ਕੇ ਜਦੋਂ ਲੰਘਿਆ ਤਾਂ ਉਸਨੇ ਕੀ ਵੇਖਿਆ ਕਿ ਜਿਸ ਦਰਖਤ ਹੇਠਾਂ ਗੁਰੂ ਨਾਨਕ ਦੇਵ ਜੀ ਆਰਾਮ ਫਰਮਾ ਰਹੇ ਸੀ ਉਸ ਦਰਖਤ ਦੀ ਛਾਇਆ ਜਿਉਂ ਦੀ ਤਿਉਂ ਉੱਤੇ ਹੀ ਟਿਕੀ ਹੈ, ਜਦਕਿ ਬਾਕੀ ਦਰਖਤਾਂ ਦੀ ਛਾਂ ਸੂਰਜ ਦੇ ਨਾਲ ਟਲੀ ਹੋਈ ਸੀ। ਇਹ ਚਮਤਕਾਰ ਉਹਨਾਂ ਨੇ ਹੋਰਾਂ ਨੂੰ ਵੀ ਦੱਸਿਆ ਔਰ ਕਿਹਾ ਕਿ ਮੈਂ ਇਹ ਚਮਤਕਾਰ ਪਹਿਲਾਂ ਵੀ ਵੇਖ ਚੁੱਕਿਆ ਹੈਗਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਉੱਪਰ ਇੱਕ ਸੱਪ ਨੇ ਛਾਇਆ ਕੀਤੀ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਔਰ ਘਰਾਂ ਨੂੰ ਚਲਾ ਗਿਆ। ਅਗਰ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਸਾਖੀਆਂ ਜੋ ਇਤਿਹਾਸ ਦੇ ਨਾਲ ਸੰਬੰਧਿਤ ਹੈ, ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਹੈ, ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਹਰ ਦਿਨ ਇੱਕ ਨਵੀਂ ਸਾਖੀ ਜੋ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ ਤੁਸੀਂ ਨਹੀਂ ਸੁਣੀ ਹੋਈ ਜਾਂ ਤੁਸੀਂ ਸੁਣੀਆਂ ਹੋਣੀਆਂ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।